ਪੰਜਾਬ ਦੇ ਗੰਨਾ ਕਿਸਾਨ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆਏ ਨੇ। ਸਰਕਾਰ ਦੇ ਨਾਲ ਕਈ ਮੀਟਿੰਗਾਂ ਦਾ ਦੌਰ ਵੀ ਚੱਲਿਆ। ਕਿਸਾਨ ਗੰਨੇ ਦੀ ਕੀਮਤ ਦੇ ਵਿੱਚ ਵਾਧੇ ਦੀ ਗੱਲ ਕਰ ਰਹੇ ਸਨ, ਉਸ ਨੂੰ ਲੈ ਕੇ ਸਰਕਾਰ ਨੇ ਕਿਤੇ ਨਾ ਕਿਤੇ ਸਹਿਮਤੀ ਵੀ ਬਣਾਈ। ਪਰ ਹੁਣ ਇੱਕ ਵਾਰ ਸਰਕਾਰ ਨੇ ਗੰਨਾ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਇੱਕ ਗੰਨਾ ਵਿਕਾਸ ਕਮੇਟੀ ਬਣਾਈ ਹੈ ਤਾਂ ਕਿ ਕਿਸਾਨਾਂ ਦੇ ਨਾਲ ਕੋਈ ਪੇਚ ਫਸੇ ਹੀ ਨਾ। ਅੱਜ ਬੇਹੱਦ ਮਹੱਤਵਪੂਰਨ ਮੀਟਿੰਗ ਹੋਈ ਹੈ ਗੰਨਾ ਵਿਕਾਸ ਕਮੇਟੀ ਦੇ ਜਿਹੜੇ ਮੈਂਬਰ ਨੇ, ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਉਪ ਕੁਲਪਤੀ ਦੇ ਨਾਲ ਮੀਟਿੰਗ ਹੋਈ ਆ, ਹੋਰ ਅਫਸਰ ਜਿਹੜੇ ਹੋਰ ਅਧਿਕਾਰੀ ਮੌਜੂਦ ਸੀ, ਔਰ ਜੰਗਵੀਰ ਸਿੰਘ ਚੌਹਾਨ ਹੋਣੀ ਜਿਹੜੇ ਗੰਨਾ ਕਿਸਾਨਾਂ ਦਾ ਸੰਘਰਸ਼ ਲੜਦੇ ਆਏ ਨੇ, ਦੁਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਵੀ ਨੇ। ਜੰਗਵੀਰ ਜੀ, ਅੱਜ ਤੁਹਾਡੀ ਮੀਟਿੰਗ ਹੋਈ ਆ, ਮੀਟਿੰਗ ਦੇ ਵਿੱਚ ਮੁੱਖ ਤੌਰ 'ਤੇ ਤੁਹਾਡਾ ਫੋਕਸ ਕੀ ਹੈ, ਕਿਹੜੀਆਂ ਚੀਜ਼ਾਂ ਨੂੰ ਲੈ ਕੇ ਜਿਹੜੀ ਕਮੇਟੀ ਬਣਾਈ ਗਈ ਹੈ, ਔਰ ਹੁਣ ਕਿਸਾਨਾਂ ਦਾ ਪੇਚ ਫਸਿਆ ਕਿੱਥੇ ਹੈ? ਦੇਖੋ ਬਰਾੜ ਸਾਹਿਬ, ਇਸ ਤਰ੍ਹਾਂ ਕਿ ਤੁਹਾਨੂੰ ਵੀ ਪਤਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਗੰਨੇ ਦੀ ਫਸਲ ਪੱਕ ਕੇ ਤਿਆਰ ਹੋ ਗਈ ਸੀ, ਸੋ ਸਾਨੂੰ ਮਿੱਲਾਂ ਚਲਾਉਣ ਵਾਸਤੇ ਰੇਟ ਨੂੰ ਅਨਾਊਂਸ ਕਰਾਉਣ ਵਾਸਤੇ ਧੰਨੋਵਾਲੀ ਫਾਟਕ 'ਤੇ 5 ਦਿਨ ਧਰਨਾ ਲਾਉਣਾ ਪਿਆ ਸੀ। ਸੋ ਲੋਕਾਂ ਨੂੰ ਵਾਹਵਾ ਆਵਾਜਾਈ 'ਚ ਪਰੇਸ਼ਾਨੀ ਹੋਈ ਸੀ, ਸੋ ਉਸ ਵੇਲੇ ਸੀਐਮ ਸਾਹਿਬ ਦੇ ਨਾਲ ਮੀਟਿੰਗ ਹੋਈ ਸੀ। ਸੋ ਅਸੀਂ ਉਹਨਾਂ ਨੂੰ ਇਹ ਵੀ ਗੱਲ ਕਹੀ ਸੀ, ਉਹਨਾਂ ਨੇ ਸਾਨੂੰ ਵੀ ਇਹ ਗੱਲ ਕਹੀ ਸੀ ਕਿ ਆਪਾਂ ਲੋਕਾਂ ਨੂੰ ਪਰੇਸ਼ਾਨ ਨਾ ਕਰੀਏ, ਕਿ ਇਹਦਾ ਹੱਲ ਆਪਾਂ ਪਹਿਲਾਂ ਕੱਢ ਲਿਆ ਕਰੀਏ। ਸੋ ਉਹਨਾਂ ਨੂੰ ਬੇਨਤੀ ਇਹ ਲਾਈ ਸੀ ਕਿ ਜਿਸ ਤਰ੍ਹਾਂ ਫਸਲਾਂ ਦੇ ਭਾਅ ਬਿਜਾਈ ਤੋਂ ਪਹਿਲਾਂ ਫਿਕਸ ਹੋ ਜਾਂਦੇ ਆ, ਉਸੇ ਤਰ੍ਹਾਂ ਜਿਹੜਾ ਆ ਮਿੱਲਾਂ ਚੱਲਣ ਦੀ ਤਰੀਕ ਅਤੇ ਗੰਨੇ ਦਾ ਜਿਹੜਾ ਅਗਲੇ ਸਾਲ ਦਾ ਸਾਡਾ ਭਾਅ ਆ ਉਹ ਫਿਕਸ ਹੋ ਜਾਵੇ, ਅਤੇ ਜੋ ਸਾਨੂੰ ਪ੍ਰੋਬਲਮਸ ਹੈਗੀਆਂ ਆ ਉਹ ਸਾਰੀਆਂ ਉਹਦੇ ਵਿੱਚ ਬੈਠ ਕੇ ਅਸੀਂ ਡਿਸਕਸ ਕਰ ਲਿਆ ਕਰੀਏ। ਤਾਂ ਕੀ ਤੁਸੀਂ ਕਹਿੰਦੇ ਹੋ ਕਿ ਅੱਗੇ ਕੀ ਹੁੰਦਾ ਹੈ ਕਿ ਗੰਨਾ ਖੇਤ ਦੇ ਵਿੱਚ ਤਿਆਰ ਹੈ, ਮਿੱਲਾਂ ਚੱਲਣ ਦੀ ਉਡੀਕ ਹੁੰਦੀ ਹੈ, ਭਾਅ ਦੀ ਤੁਹਾਨੂੰ ਉਡੀਕ ਹੁੰਦੀ ਹੈ, ਗੰਨਾ ਤਿਆਰ ਹੁੰਦਾ, ਤਾਂ ਉਦੋਂ ਕਿਸਾਨ ਕਿਤੇ ਨਾ ਕਿਤੇ ਮਜਬੂਰ ਲੱਗਦਾ ਵੀ ਹੁਣ ਤਾਂ ਫਸਲ ਤਿਆਰ ਹੈ ਭਾਈ, ਇਹ ਕਿਸੇ ਵੀ ਹਿਸਾਬ ਨਾਲ ਚੁਕਾਉਣੀ ਪੈਣੀ ਹੈ। ਤੁਸੀਂ ਕਹਿੰਦੇ ਹੋ ਕਿ ਉਹ ਮਜਬੂਰੀ ਵਾਲਾ ਲਫ਼ਜ਼ ਆ ਜਿਹੜਾ ਉਹ ਤੁਹਾਡੇ ਚੋਂ ਨਿਕਲੇ? ਨਹੀਂ ਦੇਖੋ, ਪਿਛਲੀਆਂ ਸਰਕਾਰਾਂ ਵੀ, ਇਸ ਸਰਕਾਰ ਦੀ ਵੀ ਦੂਜਾ ਸਾਲ ਹੋ ਗਿਆ ਸਾਡੇ ਗੰਨੇ ਦੇ ਸੀਜ਼ਨ ਨੂੰ, ਪਰ ਹੁੰਦਾ ਕੀ ਹੈ 11ਵੇਂ ਮਹੀਨੇ 'ਚ ਗੰਨਾ ਪੱਕ ਕੇ ਤਿਆਰ ਹੋ ਜਾਂਦਾ। ਸਾਨੂੰ ਉਡੀਕ ਹੁੰਦੀ ਹੈ ਕਿ ਕਦੋਂ ਜਿਹੜੀ ਸਰਕਾਰ ਜਿਹੜੀ ਹੈ ਕੇਨ ਕਮਿਸ਼ਨ ਡਿਪਾਰਟਮੈਂਟ ਆ ਉਹ ਕਦੋਂ ਜਿਹੜੀ ਆ ਤਰੀਕ ਮਿੱਲਾਂ ਨੂੰ ਚਲਾਉਣ ਦੀ ਜਿਹੜੀ ਐਲਾਨ ਕਰੇ। ਜੇ ਤਰੀਕ ਐਲਾਨ ਕਰਦੇ ਆ ਫਿਰ ਰੇਟ ਨਹੀਂ ਐਲਾਨ ਕਰਦੇ। ਮੰਨ ਲਓ ਕਿ ਆ ਪਿਛਲੇ ਇਸ ਸਾਲ ਜਿਹੜਾ ਸੀਜ਼ਨ ਚੱਲਿਆ, ਹੁਣ ਚੱਲ ਰਿਹਾ ਸੀਜ਼ਨ, ਅਸੀਂ 10 ਰੁਪਈਏ ਰੇਟ ਜਿਹੜਾ ਸਰਕਾਰ ਕੋਲੋਂ ਵਧਾਇਆ ਆ, 11 ਰੁਪਈਏ ਸੋਰੀ, ਪਹਿਲਾਂ ਸਾਡਾ 380 ਰੁਪਈਏ ਰੇਟ ਸੀ, ਉਹਨਾਂ ਨੇ 11 ਰੁਪਈਏ ਵਧਾ ਕੇ 391 ਰੁਪਈਏ ਕਰ ਦਿੱਤਾ। ਪਰ ਕੀਤਾ ਕਦੋਂ? ਦਸੰਬਰ ਦੇ ਵਿੱਚ ਜਾ ਕੇ। ਇਹ ਮਿੱਲਾਂ ਨਵੰਬਰ ਦੇ ਵਿੱਚ ਪਹਿਲਾਂ ਚੱਲਦੀਆਂ ਹੁੰਦੀਆਂ ਸੀ, ਅਕਤੂਬਰ ਦੇ ਵਿੱਚ ਵੀ ਚੱਲਦੀਆਂ ਹੁੰਦੀਆਂ ਸੀ, ਪਰ ਹੁਣ ਜਿਹੜੀਆਂ ਦਿਨੋਂ ਦਿਨ ਮਿੱਲਾਂ ਲੇਟ ਹੋਈ ਜਾਂਦੀਆਂ। ਸੋ ਪਹਿਲੀ ਗੱਲ ਤਾਂ ਇਹ ਵੀ ਮਿੱਲਾਂ ਚੱਲਣ ਦੀ ਤਰੀਕ, ਔਰ ਦੂਜਾ ਰੇਟ, ਇਹ ਵੱਡਾ ਰੇਟ ਘਰ ਆ। ਸੋ ਉਹਦੇ ਵਾਸਤੇ ਜਿਹੜੀ ਆ ਗੰਨਾ ਵਿਕਾਸ ਕਮੇਟੀ ਬਣਾਈ ਸੀ ਵਾਈਸ ਚਾਂਸਲਰ ਸਾਹਿਬ ਦੀ ਜਿਹੜੀ ਪ੍ਰਧਾਨਗੀ ਹੇਠ, ਗੰਨਾ ਮਾਹਰ ਉਹਦੇ ਵਿੱਚ, ਜਿਹੜਾ ਸ਼ੂਗਰਫੈਡ ਡਿਪਾਰਟਮੈਂਟ ਦੇ ਮਾਹਰ, ਸੋ ਸਾਰੇ ਜਿਹੜਾ ਕੇਂਦ ਡਿਪਾਰਟਮੈਂਟ ਦੇ ਮਾਹਰ ਉਹਦੇ ਵਿੱਚ ਆ, ਸੋ ਸਾਡੇ ਕਿਸਾਨ ਜਥੇਬੰਦੀਆਂ ਤੋਂ ਜਿਹੜੇ ਆ ਉਹਨਾਂ ਨੇ 6-7 ਆਗੂ ਲਏ ਆ। ਸੋ ਅੱਜ ਉਹਨਾਂ ਦੀ ਮੀਟਿੰਗ ਹੋਈ ਹੈ, ਤੋਂ ਬੜੀ ਪੋਜ਼ਿਟਿਵ ਮੀਟਿੰਗ ਹੋਈ ਹੈ। ਸੋ ਗੰਨੇ ਦੀਆਂ ਵਰਾਇਟੀਆਂ 'ਤੇ ਵੀ ਗੱਲ ਹੋਈ ਹੈ। ਸੋ ਇੱਕ ਬੜੇ ਦੁੱਖ ਦੀ ਗੱਲ ਹੈ, ਦੇਖੋ ਸਾਡੇ ਪੰਜਾਬ ਦੇ ਕੋਲ ਤਾਂ ਵਰਾਇਟੀਆਂ ਹੈ ਨਹੀਂ ਲਾਉਣ ਵਾਸਤੇ, ਉੱਨਤ ਕਿਸਮਾਂ ਹੈ ਨਹੀਂ ਲਾਉਣ ਵਾਸਤੇ। ਜਿਹੜੀ ਅਸੀਂ 238 ਵਰਾਇਟੀ ਦੀ ਬਿਜਾਈ ਅੱਜ ਤੱਕ ਕਰਦੇ ਆ ਰਹੇ ਹਾਂ, ਜਾਂ 5009 ਕਿਸਮ ਦੀ ਕਰਦੇ ਆ ਰਹੇ ਹਾਂ, ਉਹ ਹਰਿਆਣੇ ਦੀ ਕਿਸਮ ਆ। ਜਿਹੜੀਆਂ ਸਾਡੀਆਂ ਪੰਜਾਬ ਦੀਆਂ ਕਿਸਮਾਂ ਉਹ ਸਾਡੇ ਕਿਸਾਨਾਂ ਦੇ, ਸਾਡੇ ਮਿੱਲਾਂ ਵਾਲਿਆਂ ਦੇ ਫਿੱਟ ਹੀ ਨਹੀਂ ਆਈਆਂ। ਅਤੇ ਫਿਰ ਹੁਣ ਅੱਜ ਦੀ ਮੀਟਿੰਗ ਦੇ ਵਿੱਚ ਕੀ ਕੋਈ ਗੱਲਬਾਤ ਹੋਈ, ਤੁਹਾਨੂੰ ਲੱਗਿਆ ਕਿ ਇਸ ਕਮੇਟੀ ਨੂੰ ਬਣਾਉਣ ਦਾ ਕੋਈ ਫਾਇਦਾ ਹੋ ਰਿਹਾ, ਕੋਈ ਚਰਚਾ ਦੇ ਵਿੱਚੋਂ ਕੋਈ ਪੋਜ਼ਿਟਿਵ ਚੀਜ਼ਾਂ ਨਿਕਲ ਕੇ ਆਈਆਂ? ਕਿਉਂਕਿ ਮੀਟਿੰਗਾਂ ਜਦੋਂ ਇਸ ਤਰ੍ਹਾਂ ਕਮੇਟੀਆਂ ਬਣਦੀਆਂ ਨੇ, ਬੇਸਿਕਲੀ ਉਹ ਇੱਕ ਲੰਮੇ ਹੱਲ ਦੇ ਲਈ ਬਣਾਈਆਂ ਜਾਂਦੀਆਂ ਨੇ, ਤਾਂ ਤੁਹਾਨੂੰ ਲੱਗਿਆ ਕਿ ਇਹ ਜਿਹੜੀ ਸ਼ੁਰੂਆਤੀ ਦੌਰ ਦੀ ਮੀਟਿੰਗ ਹੈ ਇਹ ਕਿਸੇ ਨਤੀਜੇ 'ਤੇ ਪਹੁੰਚੇਗੀ, ਔਰ ਕਿਸਾਨਾਂ ਨੂੰ
ਜਿਹੜਾ ਹੈਗਾ ਲਾਹਾ ਵੀ ਮਿਲੇਗਾ ਤੇ ਉਹ ਸੰਘਰਸ਼ ਜਿਹੜਾ ਕਰਨਾ ਪੈਂਦਾ ਉਹਦੇ ਤੋਂ ਖੜਾ ਛੁੱਟ ਜਾਏਗਾ। ਬਿਲਕੁਲ, ਬੜੇ ਪੋਜ਼ਿਟਿਵ ਰਿਸਪੌਂਸ ਦੇ ਵਿੱਚ ਮੀਟਿੰਗ ਹੋਈ ਹੈ। ਸੋ ਆਸ ਵੀ ਇਹ ਕੀਤੀ ਹੈ ਕਿ ਅਸੀਂ ਇੱਕ ਅੱਧੀ ਮੀਟਿੰਗ ਦੇ ਵਿੱਚ ਹੋਰ ਜਿਹੜਾ ਗੰਨੇ ਦਾ ਅਗਲੇ ਸਾਲ ਦਾ ਰੇਟ ਫਿਕਸ ਕਰਾਂਗੇ ਔਰ ਮਿੱਲਾਂ ਚੱਲਣ ਦੀ ਤਰੀਕ ਉਹਦੀ ਫਿਕਸ ਕਰਾਂਗੇ। ਜੇ ਅੱਜ ਤਰੀਕ ਬਿਜਾਈ ਵੇਲੇ ਫਿਕਸ ਹੋ ਜਾਂਦੀ ਆ ਫਿਰ ਜਿਹੜਾ ਕਿਸਾਨ ਦਾ ਦਿਲ ਕਰਦਾ ਉਹਨੂੰ ਸੌਦਾ ਮਨਜ਼ੂਰ ਆ, ਮੰਨ ਲਓ ਉਹਨੂੰ ਭਾਅ ਮਨਜ਼ੂਰ ਆ, ਉਹ ਲਾ ਲੂਗਾ ਗੰਨਾ, ਜਿਹਨੂੰ ਨਹੀਂ ਮਨਜ਼ੂਰ ਉਹ ਨਾ ਲਾਊਗਾ। ਫਾਈਨਲ ਤਾਂ ਹੋ ਗਿਆ ਨਾ, ਰੇਟ ਵੀ ਫਾਈਨਲ ਹੋ ਗਿਆ, ਮਿੱਲਾਂ ਚੱਲਣ ਦੀ ਤਰੀਕ ਵੀ ਫਾਈਨਲ ਹੋ ਗਈ। ਪਰ ਗੱਲ ਹੁਣ ਆਉਂਦੀ ਆ ਵੱਡੀ ਸਾਡੀ ਤਰਾਸਦੀ ਦੀ ਗੱਲ ਇਹ ਹੈ ਕਿ 238 ਵਰਾਇਟੀ ਜਿਹੜੀ ਆ ਮਿੱਢ ਦੇ ਵਿੱਚ ਹੁੰਦੀ ਸੀ, ਇੱਕ 15 ਸਾਲ ਦੀ ਗੱਲ ਆ, ਉਹ ਬਾਦਲ ਸਾਹਿਬ ਦਾ ਰਾਜ ਸੀਗਾ ਤੇ ਅਸੀਂ ਸੰਘਰਸ਼ ਕਰਕੇ ਇਹਨੂੰ ਅਰਲੀ ਦਾ ਰੇਟ ਦਵਾਇਆ ਸੀਗਾ। ਸੋ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਉਹ ਗੰਨੇ ਨੂੰ ਰੈੱਡ ਰੋਡ ਆ ਗਈ, ਉਹ ਬਿਮਾਰੀ ਪੀੜਤ ਹੋ ਗਿਆ ਗੰਨਾ। ਪਰ ਜਿਹੜੇ ਪੰਜਾਬ ਸਰਕਾਰ ਆ, ਜਿਹੜੇ ਸਾਡੇ ਮਾਹਰ ਆ, ਜਿਹੜਾ ਸਾਡਾ ਸ਼ੂਗਰ ਫੈਟ ਦਾ ਡਿਪਾਰਟਮੈਂਟ ਆ, ਉਹਨਾਂ ਨੇ ਚੱਕ ਕੇ ਉਹਨੂੰ ਫਿਰ ਦੁਬਾਰਾ ਮਿੱਢ 'ਚ ਕਰ ਦਿੱਤਾ। ਕਹਿੰਦੇ ਅਗਲੇ ਸਾਲ ਤੁਹਾਨੂੰ ਜਿਹੜਾ ਇਹਦਾ ਅਸੀਂ ਰੇਟ ਨਹੀਂ ਦੇਣਾ, ਇਹਦਾ ਅਰਲੀ ਵਾਲਾ ਰੇਟ ਨਹੀਂ ਦੇਣਾ। ਪਰ ਗੱਲ ਇਸ ਤਰ੍ਹਾਂ ਵੀ ਸਾਡੇ ਕੋਲ ਤਾਂ ਬਦਲ ਹੈ ਨਹੀਂ, ਸਾਡੇ ਕੋਲ ਹੁਣ ਜਿਹੜੀ ਆ COP 95 ਆ, ਉਹ ਪੰਜਾਬ ਸਰਕਾਰ ਨੇ ਦਿੱਤੀ ਹੋਈ ਆ, ਉਹ ਬੀਜ ਇਸ ਸਾਲ ਪੂਰਾ ਨਹੀਂ ਹੋਣਾ। ਤੁਹਾਡੇ ਕਹਿਣ ਦਾ ਭਾਵ ਹੈ ਕਿ ਇੱਕ ਤਾਂ ਰੇਟ ਜਿਹੜਾ ਪਹਿਲਾਂ ਫਿਕਸ ਹੋਵੇ, ਮਿੱਲਾਂ ਦੀ ਡੇਟ ਪਹਿਲਾਂ ਫਿਕਸ ਹੋਵੇ, ਤੇ ਜਿਹੜਾ ਗੰਨੇ ਦਾ ਬੀਜ ਆ ਕਿਹੜੀ ਕੁਆਲਿਟੀ ਜਿਹੜੀ ਪੰਜਾਬ ਨੂੰ ਸੂਟ ਕਰਦੀ ਆ ਉਹਦਾ ਵੀ ਸਰਕਾਰ ਅੱਗੇ ਤੋਂ ਜਲਦੀ ਪ੍ਰਬੰਧ ਕਰੇ ਮੁੱਖ ਤੌਰ ਤੇ। ਦੂਜੀ ਚੀਜ਼ ਕਿ ਅੱਜ ਦੀ ਇਸ ਮੀਟਿੰਗ ਤੋਂ ਬਾਅਦ ਕੀ ਲੱਗਦਾ ਕਿ ਕਿੰਨੀਆਂ ਕੁ ਮੀਟਿੰਗਾਂ ਹਾਲੇ ਹੋਰ ਵੀ ਚੱਲਣਗੀਆਂ, ਅਗਲੀ ਮੀਟਿੰਗ ਤੈਅ ਹੋਗੀ, ਤੁਹਾਨੂੰ ਲੱਗਦਾ ਹੈ ਕਿ ਅਗਲੇ ਸਾਲ ਤੱਕ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕੋਈ ਨਾ ਕੋਈ ਸਾਰਥਕ ਹੱਲ ਨਿਕਲੇਗਾ? ਦੇਖੋ, ਜਦੋਂ ਟੇਬਲ 'ਤੇ ਬੈਠ ਗਏ, ਸਰਕਾਰ ਦੇ ਜਿਹੜੇ ਆ ਅਨੁਮਾਨ ਹੋਰ ਹੁੰਦੇ, ਕੋਸਟ ਆਫ ਪ੍ਰੋਡਕਸ਼ਨ ਦੀ ਗੱਲ ਕਰ ਲਈਏ ਆਪਾਂ, ਖੇਤੀ ਲਾਗਤਾਂ ਕੀਮਤਾਂ ਦੀ ਗੱਲ ਕਰ ਲਈਏ ਵੀ ਸਾਡੇ 'ਤੇ ਕੀ ਉੱਤੇ ਕੀਮਤ ਆਉਂਦੀ ਜਦੋਂ ਅਸੀਂ ਫਸਲ ਨੂੰ ਉਗਾਉਂਦੇ ਹਾਂ, ਉਹਨਾਂ ਦੇ ਡਾਟੇ ਸਰਕਾਰੀ ਤੌਰ 'ਤੇ ਹੋਰ ਹੁੰਦੇ ਆ। ਉਹ ਕਹਿੰਦੇ ਵੀ ਇੱਕ ਥੈਲਾ ਜਿਹੜਾ 50 ਕਿਲੋ ਦਾ ਯੂਰੀਏ ਦਾ ਪਾਓ, ਅਸੀਂ ਕਹਿੰਦੇ ਹਾਂ 4 ਥੈਲੇ ਪਾਈਏ। ਸੋ ਕਿਤੇ ਨਾ ਕਿਤੇ ਸਾਡੇ ਕਾਫੀ ਫਰਕ ਪੈਂਦਾ ਹੈ। ਸੋ ਅਸੀਂ ਉਹ ਸਾਰੀਆਂ ਗੱਲਾਂ ਦਾ ਅਨੈਲਿਸਿਸ ਕਰਕੇ ਅੱਜ ਜਿਹੜੀ ਮੀਟਿੰਗ ਮੈਂ ਕਹਿੰਦਾ ਬੜੀ ਪੋਜ਼ਿਟਿਵ ਰਹੀ ਹੈ। ਇੱਕ ਦੋ ਮੀਟਿੰਗਾਂ ਦੇ ਵਿੱਚ ਆਸ ਆ ਕਿ ਜਿਹੜਾ ਆਪਾਂ ਰੇਟ ਫਿਕਸ ਕਰਾਂਗੇ ਅਗਲੇ ਸਾਲ ਦਾ ਤੇ ਮਿੱਲਾਂ ਨੂੰ ਚਲਾਉਣ ਦੀ ਜਿਹੜੀ ਆ ਤਰੀਕ ਜਿਹੜੀ ਆ ਫਿਕਸ ਕਰਾਂਗੇ, ਜਿਹੜੀਆਂ ਵਧੀਆ ਕਿਸਮਾਂ ਆ ਪੰਜਾਬ ਸਰਕਾਰ, ਅਸੀਂ ਉਹਨਾਂ ਤੋਂ ਆਸ ਕਰਦੇ ਹਾਂ ਕਿ ਉਹ ਸਾਡੇ ਵਾਸਤੇ ਪੰਜਾਬ ਵਾਸਤੇ ਨਵੀਆਂ ਕਿਸਮਾਂ ਲੈ ਕੇ ਆਵੇ। ਤਾਂ ਗੰਨਾ ਕਿਸਾਨਾਂ ਦਾ ਜਿਹੜਾ ਪਿਛਲੇ ਦੌਰ ਦੇ ਦੌਰਾਨ ਅਸੀਂ ਦੇਖਿਆ ਕਿ ਮਿੱਲਾਂ ਚਲਵਾਉਣ ਤੇ ਭਾਅ ਲੈਣ ਨੂੰ ਲੈ ਕੇ ਕਈ ਕੀ ਦਿਨ ਹਾਈਵੇ ਜਾਮ ਕੀਤੇ ਗਏ, ਲੰਬਾ ਸੰਘਰਸ਼ ਵਿੱਢਿਆ ਗਿਆ, ਗੰਨਾ ਕਿਸਾਨ ਆਪ ਤਾਂ ਪਰੇਸ਼ਾਨ ਸਨ ਹੀ। ਇਸ ਸੰਘਰਸ਼ ਦੇ ਚੱਲਦਿਆਂ ਪੰਜਾਬ ਦੇ ਵੱਡੀ ਗਿਣਤੀ ਲੋਕਾਂ ਨੇ ਵੀ ਉਹਨਾਂ ਦਿਨਾਂ ਦੇ ਵਿੱਚ ਕਸ਼ਟ ਝੱਲਿਆ। ਤਾਂ ਹੁਣ ਅੱਗੇ ਤੋਂ ਇਹ ਚੀਜ਼ਾਂ ਨਾ ਹੋਣ ਉਸ ਨੂੰ ਲੈ ਕੇ ਗੰਨਾ ਵਿਕਾਸ ਕਮੇਟੀ ਬਣਾਈ ਗਈ ਹੈ, ਬੇਹੱਦ ਮਹੱਤਵਪੂਰਨ ਮੀਟਿੰਗ ਅੱਜ ਹੋਈ ਹੈ। ਤਾਂ ਆਸ ਕਰਦੇ ਹਾਂ ਕਿ ਇਸ ਕਮੇਟੀ ਦੀਆਂ ਇਹਨਾਂ ਮੀਟਿੰਗਾਂ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਇਸ ਤਰ੍ਹਾਂ ਦੇ ਸੰਘਰਸ਼ਾਂ ਰੋਕਿਆ ਜਾਊਗਾ, ਕਿਉਂਕਿ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦਾ ਪੱਕਾ ਹੱਲ ਆ ਜਿਹੜਾ ਉਹ ਇਸ ਕਮੇਟੀ ਦੇ ਵੱਲੋਂ ਕੱਢ ਲਿਆ ਜਾਵੇਗਾ। ਮੁੱਖ ਤੌਰ 'ਤੇ ਭਾਅ ਜਿਹੜਾ ਹੈਗਾ ਕਹਿੰਦੇ ਨੇ ਕਿ ਬਿਜਾਈ ਵੇਲੇ ਤੈਅ ਹੋ ਜੇ, ਮਿੱਲਾਂ ਚਲਾਉਣ ਦੀ ਤਰੀਕ ਆ ਜਿਹੜੀ ਉਹ ਪਹਿਲਾਂ ਤੈਅ ਹੋ ਜੇ ਅਤੇ ਪੰਜਾਬ ਦੇ ਮੌਸਮ ਨੂੰ ਸੂਟ ਕਰਦੀ ਗੰਨੇ ਦੀ ਕਿਸਮ ਦਾ ਬੀਜ ਆ ਜਿਹੜਾ ਉਹ ਕਿਸਾਨਾਂ ਨੂੰ ਮੁਹੱਈਆ ਕਰਾਇਆ ਜਾਵੇ। ਦੇਖਦੇ ਹਾਂ ਇਹ ਕਮੇਟੀ ਕਦੋਂ ਆਪਣੇ ਨਤੀਜੇ ਤੱਕ ਪਹੁੰਚਦੀ ਹੈ। ਕੈਮਰਾਮੈਨ ਅਮਨ ਦੇ ਨਾਲ ਨਰਿੰਦਰ ਸਿੰਘ ਬਰਾੜ, ਨਿਊਜ਼ 18 ਚੰਡੀਗੜ੍ਹ।